ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਜੀ DS ਤਲਾਣੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ, ਪਿੰਡ ਤਲਾਣੀਆਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ। ਦੋਸਤੋ, ਤੁਹਾਡੇ ਵਾਸਤੇ ਅੱਜ ਇੱਕ ਵੱਖਰੇ ਤਰ੍ਹਾਂ ਦੀ ਜਾਣਕਾਰੀ ਲੈ ਕੇ ਆਇਆ ਤੇ ਘਰੇ ਬੈਠਾ ਸੀ, ਮੈਂ ਸੋਚਿਆ ਤੁਹਾਡੇ ਨਾਲ ਇਹ ਜਾਣਕਾਰੀ ਸ਼ੇਅਰ ਕੀਤੀ ਜਾਵੇ। ਸੋ ਅੱਜ ਦੀ ਜਾਣਕਾਰੀ ਹੈਗੀ ਹੈ ਕਿ ਸਾਡੇ ਕੋਲ 2 ਦਿਨ ਪਹਿਲਾਂ ਪੇਸ਼ੈਂਟ ਆਏ ਸੀ, ਨਾਲ ਉਹਨਾਂ ਦੇ ਬੇਟੀ ਸੀਗੀ। ਉਸ ਬੇਟੀ ਨੂੰ ਇੱਕ ਸਮੱਸਿਆ ਸੀ ਜਿਹੜੀ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹ ਰਿਹਾ। ਜਦੋਂ ਫੈਮਿਲੀ ਨੇ ਕਿਹਾ ਕਿ ਆਪਾਂ ਬੱਚੇ ਦਾ ਵਿਆਹ ਕਰ ਦਿੰਦੇ ਹਾਂ, ਤਾਂ ਉਸ ਆਪਣੇ ਫੈਮਿਲੀ ਨੂੰ ਕਿਹਾ ਕਿ ਮੈਂ ਤਾਂ ਇੱਕ ਲੜਕੀ ਨਾਲ ਵਿਆਹ ਕਰਾਉਣਾ ਹੈ। ਉਸ ਬੱਚੇ ਨੂੰ ਇਹ ਸਮੱਸਿਆ ਕਿਉਂ ਆਈ ਤੇ ਉਸਨੇ ਐਦਾਂ ਕਿਉਂ ਕੀਤਾ, ਆਪਾਂ ਇਸ ਬਾਰੇ ਅੱਜ ਗੱਲ ਕਰਾਂਗੇ। ਸੋ ਬੇਟੀ ਨੇ ਜਿਸ ਅੱਗੇ ਕੁੜੀ ਨਾਲ ਗੱਲਬਾਤ ਕੀਤੀ ਹੋਈ ਸੀਗੀ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਹੈ, ਸੋ ਜਦੋਂ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਿਆ ਕਿ ਸਾਡੀ ਬੇਟੀ ਚਾਹੁੰਦੀ ਹੈ ਕਿ ਕਿਸੇ ਕੁੜੀ ਨਾਲ ਵਿਆਹ ਕਰਾਉਣਾ, ਤਾਂ ਉਹਨਾਂ ਨੇ ਬੇਟੀ ਨੂੰ ਪ੍ਰੈਸ਼ਰਾਈਜ਼ ਕੀਤਾ ਕਹਿ ਲਓ, ਜਾਂ ਫਿਰ ਉਸ ਬੇਟੀ ਨੂੰ ਸਮਝਾਇਆ ਤੇ ਅੱਗੇ ਫਿਰ ਇਸ ਪਰਿਵਾਰ ਨਾਲ ਗੱਲ ਕੀਤੀ। ਸੋ ਇਹਨਾਂ ਨੂੰ ਜਦੋਂ ਬੇਟੀ ਤੋਂ ਪਤਾ ਲੱਗਿਆ ਕਿ ਇਹ ਜ਼ਿਆਦਾ ਸਾਡੀ ਬੇਟੀ ਜ਼ਿਆਦਾ ਇੰਟਰਸਟਡ ਹੈ, ਤਾਂ ਉਹਨਾਂ ਨੇ ਅੱਗੇ ਸਾਈਕੈਟ੍ਰਿਸਟ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਉਸ ਬੇਟੀ ਦਾ ਥੋੜ੍ਹੇ ਟਾਈਮ ਟ੍ਰੀਟਮੈਂਟ ਵੀ ਚੱਲਿਆ, ਪਰ ਕੋਈ ਹੱਲ ਨਾ ਹੋਣ ਕਰਕੇ ਕਿਸੇ ਨੇ ਦੱਸ ਪਾਈ ਤਾਂ ਸਾਡੇ ਕੋਲ ਆਏ। ਸੋ ਅਸੀਂ ਵੀ ਗਾਈਡ ਹੀ ਕਰਨਾ ਸੀ, ਨਾ ਕਿ ਕੋਈ ਮੈਡੀਸਨ ਦੇਣੀ ਸੀ। ਗੱਲ ਕੀ ਸੀ ਕਿ ਫੈਮਿਲੀ ਦੇ ਵਿੱਚ ਇੱਕ ਬੇਟੀ ਹੋਣ ਕਰਕੇ ਜਦੋਂ ਫਾਦਰ ਨੂੰ ਪਤਾ ਲੱਗਿਆ ਕਿ ਅੱਗੇ ਸਾਡੇ ਕੋਲ ਬੱਚਾ ਨਹੀਂ ਹੋ ਸਕਦਾ ਉਹਨਾਂ ਦੀ ਮਦਰ ਦੇ ਕੋਲ, ਤਾਂ ਉਹਨਾਂ ਨੇ ਬੇਟੀ ਨੂੰ ਲੜਕੇ ਵਾਂਗ ਟ੍ਰੀਟ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਬੇਟੀ ਨੂੰ ਬੁਲਟ ਲੈ ਕੇ ਦਿੱਤਾ ਗਿਆ, ਉਹਨੂੰ ਟਰੈਕਟਰ ਸਿਖਾਇਆ ਗਿਆ, ਕੰਬਾਈਨ ਸਿਖਾਈ ਗਈ। ਹੌਲੀ ਹੌਲੀ ਕਿਤੇ ਨਾ ਕਿਤੇ ਬੇਟੀ ਆਪਣੀ ਬੋਲੀ ਵੀ ਚੇਂਜ ਕਰ ਲੈਂਦੀ ਸੀ, ਮਤਲਬ ਕਿ ਲੜਕਿਆਂ ਵਾਂਗ ਬੋਲਣ ਲੱਗ ਜਾਂਦੀ ਸੀ, ਕੱਪੜੇ ਤਾਂ ਉਹ ਲੜਕਿਆਂ ਵਾਂਗ ਪਾਉਂਦੀ ਹੀ ਸੀ। ਜਿਸ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਕਈ ਵਾਰੀ ਸਾਨੂੰ ਰਿਸ਼ਤੇਦਾਰ ਕਹਿ ਦਿੰਦੇ ਸੀ ਕਿ ਤੁਸੀਂ ਕੁੜੀ ਨੂੰ ਏਦਾਂ ਦਾ ਨਾਂ ਬਣਾਓ, ਪਰ ਫਾਦਰ ਕਹਿੰਦੇ ਸੀ ਕਿ ਨਹੀਂ, ਮੇਰਾ ਇਹ ਬੇਟਾ ਏ ਤੇ ਮੈਂ ਇਸ ਨੂੰ ਏਦਾਂ ਹੀ ਬੇਟਿਆਂ ਵਾਂਗ ਕਰਨਾ ਹੈ। ਸੋ ਦੋਸਤੋ, ਇਹ ਸਮੱਸਿਆ ਵੱਧਦੇ ਵੱਧਦੇ ਹੁਣ ਜਦੋਂ ਮੈਰਿਜ ਦੀ ਗੱਲ ਆਈ ਤਾਂ ਬੇਟੀ ਨੇ ਜਦੋਂ ਆਪਣਾ ਪੱਖ ਰੱਖਿਆ, ਜਿਸ ਤੋਂ ਬਾਅਦ ਕਹਿ ਲਓ ਫੈਮਿਲੀ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ, ਜਿਸ ਜਿਹੜੇ ਜਦੋਂ ਉਸ ਤੋਂ ਬਾਅਦ ਉਹ ਟੈਨਸ਼ਨ ਦੇ ਵਿੱਚ ਆਏ। ਸੋ ਇਹ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਜੀ, ਜਦੋਂ ਇਹ ਬੇਟੀ ਛੋਟੀ ਸੀਗੀ, ਇਹਨਾਂ ਨੂੰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਪਤਾ ਲੱਗਿਆ ਕਿ ਸਾਡੇ ਅੱਗੇ ਬੱਚਾ ਨਹੀਂ ਹੋ ਸਕਦਾ, ਤਾਂ ਪਹਿਲਾਂ ਤਾਂ ਬੇਟੀ ਬਿਲਕੁਲ ਠੀਕ ਸੀ, ਕਹਿੰਦੇ ਜਦੋਂ ਛੋਟੀ ਸੀ ਬਿਲਕੁਲ ਉਹ ਕੁੜੀਆਂ ਵਾਲੀਆਂ ਹਰਕਤਾਂ ਕਰਦੀ ਸੀ, ਜਾਂ ਫਿਰ ਕਹਿ ਲਓ ਕੁੜੀਆਂ ਵਾਲੇ ਕੱਪੜੇ ਪਾਉਂਦੀ ਸੀ, ਪਰ ਹੌਲੀ ਹੌਲੀ ਜਿੱਦਾਂ ਜਿੱਦਾਂ ਬੇਟੀ ਦੇ ਹਾਰਮੋਨ ਤੁਸੀਂ ਚੇਂਜ ਕਹਿ ਸਕਦੇ ਹੋ, ਜਾਂ ਫਿਰ ਬੇਟੀ ਦਾ ਮਾਇੰਡ ਚੇਂਜ ਕਹਿ ਸਕਦੇ ਹੋ, ਹੌਲੀ ਹੌਲੀ ਇਹ ਚੇਂਜ ਹੁੰਦਾ ਹੁੰਦਾ ਇੱਥੋਂ ਤੱਕ ਹੋ ਗਿਆ ਕਿ ਜਦੋਂ ਬੇਟੀ ਦੇ ਹੁਣ ਮੈਰਿਜ ਦੀ ਗੱਲ ਆਈ ਤਾਂ ਇਸਨੇ ਆਪਣਾ ਪੱਖ ਰੱਖਿਆ ਕਿ ਮੈਂ ਇੱਕ ਲੜਕੀ ਨਾਲ ਵਿਆਹ ਕਰਾਉਣਾ, ਜਿਸ ਤੋਂ ਬਾਅਦ ਇਹ ਸਾਰੀ ਕਹਾਣੀ ਦਾ ਫੈਮਿਲੀ ਨੂੰ ਪਤਾ ਲੱਗਿਆ ਕਿ ਨਹੀਂ, ਅਸੀਂ ਬਹੁਤ ਵੱਡੀ ਗਲਤੀ ਕਰ ਚੁੱਕੇ ਹਾਂ। ਸੋ ਦੋਸਤੋ, ਇਹ ਵੀਡੀਓ ਬਣਾਉਣ ਦਾ ਸਿਰਫ ਇੰਨਾ ਕੁ ਮਕਸਦ ਹੈ ਕਿ ਜੇਕਰ ਤੁਹਾਡੇ ਕੋਲ ਬੇਟੀ ਹੈ ਤਾਂ ਤੁਸੀਂ ਉਸਨੂੰ ਜੋ ਮਰਜ਼ੀ ਸਿਖਾਓ, ਟਰੈਕਟਰ ਸਿਖਾਓ, ਕੰਬਾਈਨ ਸਿਖਾਓ, ਪਰ ਉਸਨੂੰ ਕੁੜੀ ਰਹਿਣ ਦਿਓ, ਉਸਨੂੰ ਇਹ ਤੁਸੀਂ ਰਿਲਾਈਜ਼ ਨਾ ਕਰਵਾਓ ਕਿ ਤੂੰ ਸਾਡਾ ਪੁੱਤ ਹੈ, ਤੂੰ ਸਾਡਾ ਬੇਟਾ ਹੈ। ਤੁਸੀਂ ਪਿਆਰ ਕਰਦੇ ਹੋ ਉਸਨੂੰ, ਕਰੋ ਜੀ ਛੱਡ ਕੇ ਕਰੋ, ਪਰ ਉਸਨੂੰ ਕੁੜੀ ਨੂੰ ਕੁੜੀ ਰਹਿਣ ਦਿਓ। ਦੇਖੋ, ਇਸਦਾ ਤੁਹਾਨੂੰ ਜੇ ਲੱਗਦਾ ਹੈ ਕਿ ਇਹਦਾ ਕੋਈ ਬਾਲਾ ਫਰਕ ਨਹੀਂ ਪੈਂਦਾ, ਤਾਂ ਜਦੋਂ ਬੇਟੀ ਦੀ ਮੈਰਿਜ ਹੋ ਜਾਣੀ ਹੈ ਨਾ, ਉਸ ਤੋਂ ਬਾਅਦ ਸਾਡੇ ਕੋਲ ਕਈ ਫੈਮਿਲੀ 'ਚ ਇੱਦਾਂ ਦੀਆਂ ਆਉਂਦੀਆਂ, ਕਈ ਲੜਕੇ ਇੱਦਾਂ ਦੇ ਆਉਂਦੇ ਜਿਨ੍ਹਾਂ ਦੇ ਉਹ ਆ ਕੇ ਦੱਸਦੇ ਆ ਕਿ ਮੇਰੀ ਵਾਈਫ ਨੂੰ ਜਿਹੜੀ ਹਾਰਮੋਨ ਦੀ ਦਿੱਕਤ ਹੈਗੀ ਆ, ਉਹਨਾਂ ਦੇ ਹਾਰਮੋਨ ਪ੍ਰੋਪਰ ਐਕਟਿਵ ਨਹੀਂ ਹੈਗੇ, ਉਸ ਦੇ ਵਾਸਤੇ ਕੋਈ ਮੈਡੀਸਨ ਦੱਸ ਦਿਓ। ਸੋ ਇਹ ਕਹਾਣੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨਾਲ ਜੁੜੀ ਹੁੰਦੀ ਹੈ, ਜਿਵੇਂ ਕਿ ਕਿਹਾ ਜਾਂਦਾ ਨਾ ਕਿ ਕੁੜੀ ਦਾ ਇੱਕ ਕਰਮ ਕੁੜੀ ਦਾ ਸਭ ਤੋਂ ਵੱਡਾ ਗਹਿਣਾ ਹੁੰਦਾ ਹੈ। ਸੋ ਬੇਟੀ ਨੂੰ ਤੁਸੀਂ ਬੇਟੀਆਂ ਵਾਂਗ ਟ੍ਰੀਟ ਕਰੋ, ਨਾ ਕਿ ਕਦੇ ਤੁਸੀਂ ਸੁਣਿਆ ਜੀ ਕਦੇ ਕਿਸੇ, ਆਪਾਂ ਜੇਕਰ ਕਿਸੇ ਦਾ ਇੱਕ ਲੜਕਾ ਹੈ ਇੱਕ ਮੁੰਡਾ ਹੈ, ਆਪਾਂ ਕਦੇ ਉਸਨੂੰ ਕਹਿੰਦੇ ਹੋਈਏ ਕਿ ਨਹੀਂ ਤੂੰ ਮੇਰੀ ਧੀ ਹੈ, ਕੁੜੀਆਂ ਵਾਲੇ ਕੰਮ ਕਰ, ਜਾਂ ਤੂੰ ਸਲਵਾਰ ਕਮੀਜ਼ ਪਾ, ਹਨਾ, ਨਹੀਂ ਕਹਿੰਦੇ। ਸੋ ਇਸੇ ਤਰੀਕੇ ਨਾਲ ਤੁਸੀਂ ਕੁੜੀਆਂ ਨੂੰ ਵੀ ਹੀ ਕੁੜੀ ਰਹਿਣ ਦਿਓ, ਜਿਵੇਂ ਕਿ ਤੁਸੀਂ ਦੇਖਦੇ ਹੋਣੇ ਜੀ ਅੱਜ ਕੱਲ੍ਹ ਕੁਛ ਇੱਕ ਵੀਡੀਓਜ਼ ਇੱਦਾਂ ਦੀਆਂ ਆਉਂਦੀਆਂ ਜਿਨ੍ਹਾਂ ਦੇ ਵਿੱਚ 2-3 ਮੁੰਡੇ ਹੈਗੇ ਆ ਜਿਹੜੇ ਉਹ ਕੁੜੀਆਂ ਵਾਂਗ ਡਾਂਸ ਕਰਦੇ ਆ, ਕੁੜੀਆਂ ਵਾਲੀਆਂ ਹਰਕਤਾਂ ਕਰਦੇ ਆ। ਤੁਸੀਂ ਦੇਖੋ
ਆਪਣੀ ਫੈਮਿਲੀ 'ਚ ਵੀ ਆਪਾਂ ਬੱਚਿਆਂ ਨੂੰ ਵੀ ਉਹ ਵੀਡੀਓਜ਼ ਨਹੀਂ ਦਿਖਾ ਸਕਦੇ, ਜਦਕਿ ਸਿੰਪਲ ਉਹ ਡਾਂਸ ਵੀਡੀਓਜ਼ ਹੁੰਦੀਆਂ। ਸੋ ਇਸੇ ਤਰੀਕੇ ਨਾਲ ਤੁਸੀਂ ਆਪਣੀ ਕੁੜੀ ਨੂੰ ਬੇਟੀ ਨੂੰ ਬੇਟੀਆਂ ਵਾਂਗ ਟ੍ਰੀਟ ਕਰੋ। ਮੈਂ ਸਿਰਫ ਇਹ ਤੁਹਾਨੂੰ ਸੁਨੇਹਾ ਦੇਣਾ ਸੀ। ਸੋ ਦੇਖੋ, ਮੈਂ ਅਸੀਂ ਪਹਿਲਾਂ ਵੀ 2-2.5 ਸਾਲ ਪਹਿਲਾਂ ਇੱਕ ਵੀਡੀਓ ਬਣਾਈ ਸੀ, ਉਸ ਦੇ ਵਿੱਚ ਵੀ ਉਦੋਂ ਵੀ ਸਾਡੇ ਕੋਲ ਇੱਦਾਂ ਦੇ ਪੇਸ਼ੈਂਟ ਆਇਆ ਸੀ, ਜਿਸ ਤੋਂ ਬਾਅਦ ਅੱਜ ਇਹ ਸੈਕਿੰਡ ਪੇਸ਼ੈਂਟ ਕਹਿ ਸਕਦਾ ਮੈਂ। ਬਾਕੀ ਛੋਟੀ ਜਿਹੀ ਜਾਣਕਾਰੀ ਸੀਗੀ ਤੁਹਾਨੂੰ ਦੱਸਣ ਵਾਸਤੇ। ਸੋ ਹੋ ਸਕੇ ਤਾਂ ਵੀਡੀਓ ਸ਼ੇਅਰ ਕਰ ਦਿਓ ਜੀ, ਕਿਸੇ ਫੈਮਿਲੀ ਨੂੰ ਇਸ ਦਾ ਲਾਭ ਹੋ ਸਕੇ, ਤਾਂ ਕਿ ਕੋਈ ਹੋਰ ਕੋਈ ਇੱਦਾਂ ਦੀ ਗਲਤੀ ਨਾ ਕਰ ਸਕੇ। ਮੈਨੂੰ ਦਿਓ ਜੀ ਆਗਿਆ, ਨੈਕਸਟ ਵੀਡੀਓ 'ਚ ਜਲਦ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।